ਹੋਇਆ ਸੀਗਾ ਅਮਰੀਕਾ ਦੇ ਵਿੱਚ ਕਾਲੇ ਸੱਜਣ ਨੇ ਜਿਹੜੇ ਸਾਡੇ ਉਹਨਾਂ ਦੀ ਬਹੁਤ ਵੱਡੀ ਕ੍ਰਾਂਤੀ ਆਈ ਸੀਗੀ ਉਸ ਵੇਲੇ ਉਹਨਾਂ ਦਾ ਲੀਡਰ ਬੋਲਿਆ ਸੀਗਾ ਇੱਕ ਇੱਕ ਉਹਨਾਂ ਦਾ ਲੀਡਰ ਸੀ ਉਹ ਸਾਰੀ ਰਾਤ ਸੁੱਤਾ ਨਹੀਂ ਸਵੇਰ ਨੂੰ ਉਹਨੇ ਬੋਲਣਾ ਸੀ ਮਾਰਟਿਨ ਲੂਥਰ ਕਿੰਗ ਤੁਸੀਂ ਸਰਚ ਵੀ ਕਰ ਸਕਦੇ ਹੋ ਯੂਟਿਊਬ ਤੇ ਮਾਈਕਲ ਲੂਥਰ ਕਿੰਗ ਸੀ ਉਹਦਾ ਅਸਲੀ ਨਾਂ ਉਸ ਤੋਂ ਬਾਅਦ ਮਾਰਟਿਨ ਪੈ ਗਿਆ ਸੀਗਾ ਉਹਨੇ ਸਵੇਰੇ ਉੱਠ ਕੇ ਸੋਚਿਆ ਵੀ ਮੈਂ ਕੀ ਬੋਲਾਂ ਯਾਰ ਆਪਦੇ ਲੋਕਾਂ ਦੇ ਲਈ ਜਿਹੜੇ ਲੋਕ ਕ੍ਰਾਂਤੀਕਾਰੀ ਲੋਕ ਨੇ ਲੜਨਾ ਚਾਹੁੰਦੇ ਨੇ ਉਹਨਾਂ ਲਈ ਮੈਂ ਕੀ ਬੋਲਾਂ ਫਿਰ ਉਹਨੇ ਅਗਲੇ ਦਿਨ ਆ ਕੇ ਬੋਲਿਆ ਸੀ ਕਹਿੰਦਾ ਮੇਰੇ ਕੋਲ ਇੱਕ ਸੁਪਨਾ ਤੁਹਾਡੇ ਵਾਸਤੇ ਸੋ ਉਹੀ ਗੱਲ ਮੈਂ ਕਰੂੰਗਾ ਅੱਜ ਵੀ ਜਿਹੜਾ ਆਪਣੇ ਸਾਰਿਆਂ ਕੋਲ ਇੱਕ ਸੁਪਨਾ ਜਿਹੜਾ ਉਸ ਪੰਜਾਬ ਦੀ ਸਥਾਪਨਾ ਦਾ ਸੁਪਨਾ ਜਿਹਦੇ ਵੱਲ ਨੂੰ ਅਸੀਂ ਅੱਜ ਤੁਰ ਪਏ ਹਾਂ ਤੁਸੀਂ ਹਿਸਾਬ ਲਾ ਲਓ ਇਦੋਂ ਪਹਿਲਾਂ ਕੀ ਸੀ ਇੱਥੇ ਸਾਡੀਆਂ ਪ੍ਰਾਪਤੀਆਂ ਹੁਣ ਤੱਕ ਕੀ ਹੋ ਗਈਆਂ ਨੇ ਜੇ ਆਪਾਂ ਕਾਲੇ ਕਾਨੂੰਨਾਂ ਦੀ ਗੱਲ ਨਾ ਵੀ ਕਰੀਏ ਆਪਣੀਆਂ ਹੁਣ ਤੱਕ ਕੀ ਪ੍ਰਾਪਤੀਆਂ ਹੋ ਗਈਆਂ ਅੱਜ ਅਸੀਂ ਸਿਰ ਜੋੜ ਕੇ ਬਹਿਨੇ ਹਾਂ ਅੱਜ ਸਾਡਾ ਕੋਈ ਆਪਦੇ ਗਵਾਂਢੀਆਂ ਨਾਲ ਰੌਲਾ ਗੌਲਾ ਨਹੀਂ ਅੱਜ ਆ ਇੱਕ ਟਰਾਲੀ ਵਾਲਾ ਦੂਜੀ ਟਰਾਲੀ ਦੇ ਥੱਲੋਂ ਵੀ ਸਾਰੀ ਸਫਾਈ ਕਰ ਦਿੰਦਾ ਸਾਡਾ ਭਾਈਚਾਰਕ ਸਾਂਝ ਆ ਜਿਹੜੀ ਸਾਡੀ ਸਾਡੇ ਕੋਲ ਦੁਬਾਰਾ ਮੁੜ ਕੇ ਆ ਗਈ ਜਿਵੇਂ ਬਾਈ ਨੇ ਪਹਿਲਾਂ ਗੱਲ ਦੱਸੀ ਆ ਵੀ ਕਰੋੜਾਂ ਰੁਪਈਏ ਦੇ ਲੰਗਰ ਨੇ ਜਿਹੜੇ ਚੱਲੀ ਜਾਂਦੇ ਨੇ ਅੱਜ ਬਾਬੇ ਨਾਨਕ ਦੀ ਮਿਹਰ ਨਾਲ ਬਾਹਰਲੇ ਸਾਡੇ ਸੱਜਣ ਨੇ ਜਿਹੜੇ ਬਾਹਰਲੇ ਭਰਾ ਨੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਫਿਕਰਮੰਦ ਲੋਕ ਨੇ ਸੋ ਉਹੀ ਤਾਂ ਕਰਕੇ ਬੋਲਦੇ ਹੁੰਦੇ ਇਹਨਾਂ ਸਟੇਜਾਂ ਤੋਂ ਜਿਵੇਂ ਬਾਈ ਨੇ ਵੀ ਉਹੀ ਗੱਲ ਕਹੀ ਆ ਵੀ ਯਾਰ ਸਾਨੂੰ ਜਿਹੜੀ ਸੋਚ ਦਾ ਪੱਧਰ ਅਸੀਂ ਲੈ ਕੇ ਆਏ ਸੀ ਇਸ ਧਰਨੇ ਵਿੱਚ ਜਿਹਦੇ ਪਹਿਲੇ ਦਿਨ 26 ਨਵੰਬਰ ਨੂੰ ਅਸੀਂ ਇੱਥੇ ਲੈ ਕੇ ਆਏ ਸੀ ਉਹ ਸੋਚ ਦਾ ਮਿਆਰ ਅਸੀਂ ਉੱਚਾ ਕਰਕੇ ਲੈ ਕੇ ਜਾਣਾ ਕਿਉਂਕਿ ਇੱਕ ਸੰਘਰਸ਼ ਹੁੰਦਾ ਨਾ ਜਿਹੜਾ ਸੰਘਰਸ਼ ਦੀ ਅਸਲ ਪਰਿਭਾਸ਼ਾ ਪਤਾ ਕੀ ਹੁੰਦੀ ਆ ਸੰਘਰਸ਼ ਦੀ ਜਿਹੜੀ ਫਿਜ਼ੀਕਲ ਪਰਿਭਾਸ਼ਾ ਉਹ ਤਾਂ ਇਹ ਮੰਨ ਸਕਦੇ ਹਾਂ ਵੀ ਜਿਹੜੇ ਬਿੱਲ ਨੇ ਕਾਲੇ ਉਹ ਅਸੀਂ ਰੱਦ ਕਰਾਉਣੇ ਨੇ ਇਹ ਤਾਂ ਰੱਦ ਹੋ ਗਏ ਤਾਂ ਸਮੁੱਚੇ ਪੰਜਾਬ ਦੀ ਖੁਸ਼ਹਾਲੀ ਦਾ ਸਵਾਲ ਆ ਨਾ ਇਹ ਤਾਂ ਸਾਡੇ ਵਿਰਸੇ ਦਾ ਸਵਾਲ ਆ ਪਰ ਸਾਡੇ ਅੰਦਰ ਕੀ ਤਬਦੀਲੀ ਆਊਗੀ ਕਿਉਂਕਿ ਅੱਜ ਕੋਈ ਲੀਡਰ ਨਹੀਂ ਲੜ ਰਿਹਾ ਅੱਜ ਕੱਲਾ ਕੱਲਾ ਪੰਜਾਬੀ ਬੰਦਾ ਜਾਂ ਕੱਲਾ ਕੱਲਾ ਸਾਡਾ ਹਰਿਆਣਵੀ ਭਰਾ ਕੱਲਾ ਕੱਲਾ ਕਿਸਾਨ ਅੱਜ ਉਸ ਲੜਾਈ ਨੂੰ ਮਾਣ ਰਿਹਾ ਅਸੀਂ ਕੱਲੇ ਕੱਲੇ ਜਰਨੈਲ ਹਾਂ ਤੁਸੀਂ ਹਿਸਾਬ ਲਾ ਲਓ ਅੱਜ ਸਟੇਜ 'ਤੇ ਚਾਰ ਬੰਦੇ ਬੋਲ ਲੈਂਦੇ ਨੇ ਜਾਂ ਕਹਿ ਲਓ ਵੀ ਕੋਈ ਚਾਰ ਬੰਦੇ ਤੁਹਾਡੇ ਲਈ ਡਿਸੀਜ਼ਨ ਲੈ ਰਹੇ ਨੇ ਉਹ ਅੱਡ ਗੱਲ ਆ ਪਰ ਕਿਤੇ ਨਾ ਕਿਤੇ ਲੜ ਤੁਸੀਂ ਸਾਰੇ ਰਹੇ ਹੋ ਜੇ ਕਿਤੇ ਲੜਨ ਦੇ ਵਿੱਚ ਵੀ ਤੁਹਾਡਾ ਸਾਰਿਆਂ ਦਾ ਕੰਟਰੀਬਿਊਸ਼ਨ ਆ ਜਦੋਂ ਕੱਲ੍ਹ ਨੂੰ ਜਿੱਤ ਕੇ ਮੁੜਾਂਗੇ ਉਹਦੇ ਵਿੱਚ ਵੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਤੁਹਾਡੇ ਸਾਰਿਆਂ ਦੀ ਇਕੱਲੇ ਇਕੱਲੇ ਦਾ ਯੋਗਦਾਨ ਹੋਊਗਾ ਅਤੇ ਜੇ ਕਿਤੇ ਆਪਾਂ ਹਾਰਦੇ ਹਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਕੱਲੇ ਇਕੱਲੇ ਬੰਦੇ ਦਾ ਦੋਸ਼ ਹੋਊਗਾ ਕਿਉਂਕਿ ਜਿਹੜਾ ਬੰਦਾ ਇਕੱਲਾ ਗਲਤੀ ਕਰੂਗਾ ਯਾਰ ਉਹ ਸਾਰੇ ਲੋਕਾਂ ਦਾ ਦਿਲ ਤੋੜੂਗਾ ਜਿਹੜੇ ਫਿਕਰਮੰਦ ਲੋਕ ਨੇ ਪੰਜਾਬ ਵਾਸਤੇ ਅੱਜ ਉਹ ਸਾਰੇ ਬਾਹਰ ਬੈਠੇ ਸੌਂਦੇ ਨਹੀਂ ਤੁਸੀਂ ਹਿਸਾਬ ਲਾ ਲਓ ਤੜਕੇ ਉੱਠ ਕੇ ਵੀ ਉਹ ਆਹੀ ਖਬਰਾਂ ਦੇਖਦੇ ਨੇ ਵੀ ਪੰਜਾਬ 'ਚ ਕੀ ਹੋ ਰਿਹਾ ਬਾਰਡਰ ਦੇ ਉੱਤੇ ਕੀ ਹੋ ਰਿਹਾ ਜਿਨ੍ਹਾਂ ਦਿਨਾਂ 'ਚ ਮੀਂਹ ਪਏ ਪਰਖਿਆ ਜਾ ਰਿਹਾ ਸਾਡੇ ਹੌਸਲੇ ਨੂੰ ਵਾਰ ਵਾਰ ਕਿੱਥੇ ਮੀਂਹ ਪਿਆ ਤੁਸੀਂ ਹਿਸਾਬ ਲਾ ਲਓ ਅਸੀਂ ਉਹੀ ਜਿਵੇਂ ਬਾਈ ਪਹਿਲਾਂ ਗੀਤ ਗਾ ਕੇ ਗਿਆ ਉਸੇ ਹੀ ਰਾਹ 'ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਅਤੇ ਇਤਿਹਾਸ ਵੀ ਆਪਦੇ ਆਪ ਨੂੰ ਕਿਤੇ ਨਾ ਕਿਤੇ ਦੁਹਰਾ ਰਿਹਾ ਇਦੋਂ ਪਹਿਲਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਆਉਂਦੇ ਸੀ ਹੈ ਨਾ ਅਸੀਂ ਨਕਮਸਤਕ ਹੁੰਦੇ ਸੀਗੇ ਉਸ ਮੁਕੱਦਸ ਜਗ੍ਹਾ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਪਰ ਐਤਕੀ ਇੱਥੇ ਬਹਿ ਕੇ ਵੀ ਸਾਨੂੰ ਉਹ ਜਿਹੜੀ ਸ਼ਹਾਦਤ ਦਾ ਸੇਕ ਆ ਮਹਿਸੂਸ ਹੋਇਆ ਉਹੀ ਦਿਨ ਨੇ ਉਵੇਂ ਸ਼ਹਾਦਤਾਂ ਹੋ ਰਹੀਆਂ ਨੇ ਉਹੀ ਹਕੂਮਤ ਨਾਲ ਟੱਕਰ ਆ ਜਿਵੇਂ ਬਾਈ ਕਹਿ ਕੇ ਗਿਆ ਉਹੀ ਪੋਹ ਦਾ ਮਹੀਨਾ ਉਵੇਂ ਜਿਵੇਂ ਸਰਸਾ ਚੜ੍ਹੀ ਸੀ ਪਿਛਲੇ ਦਿਨਾਂ 'ਚ ਉਵੇਂ ਪਾਣੀ ਆਇਆ ਸੀਗਾ ਇੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜੇ ਅਸੀਂ ਸੋਚੀਏ ਡੂੰਘਾਈ ਨਾਲ ਅੱਜ ਇਸ ਧਰਨੇ ਦੇ ਵਿੱਚ ਬਹਿ ਕੇ ਜੇ ਤੁਸੀਂ ਸੋਚੋ ਹੈ ਨਾ ਤਾਂ ਇਹ ਮੈਨੂੰ ਲੱਗਦਾ ਵੀ ਐਡੀ ਸੱਚੀ ਸੁੱਚੀ ਜਗ੍ਹਾ ਇੰਨਾ ਕੁਛ ਤੁਹਾਨੂੰ ਦੇ ਜੂਗੀ ਤਾਂ ਆਪਾਂ ਬਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਜਿਹੜਾ ਇਹ ਧਰਨਾ ਜਿਹੜਾ ਇਹ ਅੰਦੋਲਨ ਆ ਸਾਡਾ ਚੱਲੀ ਜਾਂਦਾ ਉਹਦੀ ਰਜ਼ਾ 'ਚ ਚੱਲਣ ਦਈਏ ਉਹਦੇ ਉੱਤੇ ਛੱਡ ਦਈਏ ਅਸੀਂ ਤਾਂ ਬਸ ਇਹਦੇ ਵਿੱਚੋਂ ਸਿੱਖੀਏ ਅਸੀਂ ਹੁਣ ਲੜਨ ਵਾਲੀ ਸਟੇਜ ਤੋਂ ਅੱਗੇ ਲੰਘ ਗਏ ਅਸੀਂ ਸਿੱਖਣ ਵਾਲੀ ਸਟੇਜ ਦੇ ਉੱਤੇ ਆ ਗਏ ਮੈਨੂੰ ਲੱਗਦਾ ਵੀ ਜਦੋਂ ਕੱਲ੍ਹ ਨੂੰ ਪੰਜਾਬ ਨੂੰ ਮੁੜੀਏ ਸਾਡਾ ਇੱਕ ਗੀਤ ਵੀ ਆਉਣਾ ਥੋੜ੍ਹੇ ਦਿਨਾਂ ਦੇ ਵਿੱਚ ਵੀ ਜਦੋਂ ਪੰਜਾਬ ਨੂੰ ਮੁੜੋਗੇ ਇੱਥੋਂ ਕੀ ਲੈ ਕੇ ਜਾਣਾ ਅਸੀਂ ਨੇ ਕਿਉਂਕਿ ਜਿੱਦਣ ਮੀਂਹ ਪਏ ਤੁਹਾਡੀ ਤਰਪਾਲ ਚੋਰੀ ਸੀਗੀ ਤਰਪਾਲਾਂ ਤੁਸੀਂ ਆਪਦੀਆਂ ਜੋੜ ਰਹੇ ਸੀਗੇ ਦੋ ਦੋ ਤਰਪਾਲਾਂ ਤਿੰਨ ਤਿੰਨ ਤਰਪਾਲਾਂ ਉਹ ਹਾਲਾਤ ਤੁਹਾਡੇ ਕਿਹਦੇ ਕਰਕੇ ਆਏ ਨੇ ਤੁਹਾਡੇ ਇੱਥੇ ਸ਼ਹਾਦਤ ਹੋਈ ਕਿਹਦੇ ਕਰਕੇ ਆਈ ਸ਼ਹਾਦਤ ਦੇ ਆਲੇ ਦੁਆਲੇ 5-10 ਟੈਂਟਾਂ ਦੀਆਂ ਇਕੱਲੇ ਇਕੱਲੇ ਬੰਦੇ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਇਹ ਚੀਜ਼ਾਂ ਅਸੀਂ ਭੁੱਲ ਨਹੀਂ ਸਕਦੇ ਯਾਰ ਕਦੇ ਜੇ ਅਸੀਂ ਭੁੱਲ ਗਏ ਫਿਰ ਇਹ ਤਬਦੀਲੀ ਆ ਜਿਹੜੀ ਇਹ ਸਦੀ ਵੀ ਨਹੀਂ ਹੈਗੀ ਜਿਹੜੀ ਅੱਜ ਤੁਹਾਡੇ ਵਿੱਚ ਤਬਦੀਲੀ ਆਈ ਆ ਨਾ ਸਾਰਿਆਂ ਦੇ ਵਿੱਚ ਆਪਦੇ ਅੰਦਰ ਦੀ ਤਿਆਰੀ ਕਰਕੇ ਜਾਈਏ ਇੱਥੋਂ ਜਦੋਂ ਵਾਪਸ ਪੰਜਾਬ ਨੂੰ ਜਾਈਏ ਨਾ ਇੱਥੋਂ ਆਪਦੇ ਅੰਦਰ ਦੀ ਉਹ ਤਿਆਰੀ ਕਰਕੇ ਜਾਈਏ ਜਿਹੜੀ ਕਾਫੀ ਹੋਵੇ ਨਵੇਂ ਪੰਜਾਬ ਦੀ ਸਿਰਜਣਾ ਵਾਸਤੇ ਜਿਹੜੇ ਪੰਜਾਬ ਦਾ ਸੁਪਨਾ ਅਸੀਂ ਸਾਰੇ ਦੇਖਦੇ ਹਾਂ ਅਸੀਂ ਖੁਆਬ ਸਾਰੇ ਦੇਖਦੇ ਹਾਂ ਉਸ ਪੰਜਾਬ ਲਈ ਜਿਹੜੇ ਅੰਦਰ ਦੀ ਥੋੜ੍ਹੀ ਤਬਦੀਲੀ ਆ ਨਾ ਸਟੇਬਲ ਹੋਵੇ ਘੱਟ ਤੋਂ ਘੱਟ ਇਹੀ ਬੇਨਤੀਆਂ ਕਰਦੇ ਹਾਂ ਵਾਰ ਵਾਰ ਸਟੇਜ ਤੋਂ ਜਿਵੇਂ ਬਾਈ ਨੇ ਕਿਹਾ ਆਉਣ ਵਾਲੀ 26 ਤਰੀਕ ਦੀ ਬੇਨਤੀ ਕਹੀ ਆ 26 ਤਰੀਕ ਨੂੰ ਮੈਨੂੰ ਲੱਗਦਾ ਵੀ ਜ਼ਿੰਮੇਵਾਰੀ ਸਾਡੇ 'ਤੇ ਜ਼ਿਆਦਾ ਬਣ ਜਾਂਦੀ ਆ ਜਦੋਂ ਕੋਈ ਇੱਦਾਂ ਦੇ ਪ੍ਰੋਗਰਾਮ ਦਿੱਤੇ ਜਾਂਦੇ ਨੇ ਨਾ ਜਿਹੜੇ ਸੈਂਸਿਟਿਵ ਨੇ ਉੱਥੇ ਤਾਂ ਸਾਡੀ ਜ਼ਿੰਮੇਵਾਰੀ ਹੋਰ ਜ਼ਿਆਦਾ ਬਣ ਜਾਂਦੀ ਹੈ ਨਾ ਕਿਤੇ ਨਾ ਕਿਤੇ ਉਹ ਜ਼ਿੰਮੇਵਾਰੀਆਂ ਦਾ ਅਹਿਸਾਸ ਕਰੀਏ ਹੁਣ ਇਕੱਲੇ ਇਕੱਲੇ ਯੋਧੇ ਬਣ ਕੇ ਨਿਕਲੀਏ ਇਹਨਾਂ ਮੈਦਾਨਾਂ ਦੇ ਵਿੱਚੋਂ ਸਾਡੀ ਸਿਫਤ ਹੋਵੇ ਸਾਡੀ ਗੱਲ ਇਤਿਹਾਸ ਇੱਦਾਂ ਕਰੇ ਯੋਧਿਆਂ ਦੇ ਵਾਂਗੂ ਵੀ ਯਾਰ
ਜਦੋਂ ਮੋਰਚਾ ਲੱਗਿਆ ਸੀਗਾ ਤਾਂ ਇੱਕ ਨਵੇਂ ਪੰਜਾਬ ਦੀ ਸਥਾਪਨਾ ਵੱਲ ਨੂੰ ਕਦਮ ਪੱਟੇ ਗਏ ਸੀ ਤੇ ਉਦੋਂ ਬਾਅਦ ਨਵੇਂ ਪੰਜਾਬ ਦੀ ਸਥਾਪਨਾ ਹੋਈ। ਕੰਮ ਆਪਣੇ ਡਨ ਨਹੀਂ ਹੋਏ, ਕੰਮ ਤਾਂ ਆਪਣੇ ਸ਼ੁਰੂ ਹੋਏ ਨੇ। ਆਹ ਮੋਰਚੇ ਨੇ ਆਪਣੇ ਕੰਮਾਂ ਦੀ ਸ਼ੁਰੂਆਤ ਕਰੀ ਆ, ਜਾ ਕੇ ਆਪਣੇ ਕੰਮ ਸ਼ੁਰੂ ਹੋਏ ਨੇ। ਜਦੋਂ ਕੱਲ੍ਹ ਨੂੰ ਪੰਜਾਬ ਨੂੰ ਮੁੜਾਂਗੇ ਉਦੋਂ ਸਾਡੇ ਕੰਮ ਸ਼ੁਰੂ ਹੋਣਗੇ। ਕਿਤੇ ਨਾ ਕਿਤੇ ਸਾਨੂੰ ਦੁਬਾਰਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ, ਆ ਪੋਹ ਦੇ ਮਹੀਨੇ ਨੇ ਸਾਨੂੰ ਦੁਬਾਰਾ ਅਰਥ ਦਿੱਤੇ ਨੇ, ਉਸ ਚੀਜ਼ ਦੇ ਅਸਲੀ ਅਰਥ ਦਿੱਤੇ ਨੇ। ਸੋ ਮੈਂ ਇਹੀ ਗੱਲਾਂ, ਇਹੀ ਬੇਨਤੀਆਂ ਨੇ ਬਸ ਸਾਡੀਆਂ, ਵਾਰ ਵਾਰ ਸਟੇਜਾਂ ਤੋਂ ਆਹੀ ਬੇਨਤੀਆਂ ਕਰਦੇ ਹਾਂ ਵੀ ਇੱਥੋਂ ਆਪਾਂ ਕੁਛ ਸਿੱਖ ਕੇ ਜਾਈਏ। ਅਸੀਂ ਵੀ ਸਿੱਖ ਰਹੇ ਹਾਂ, ਨਿਰੰਤਰ ਰੋਜ਼ ਸ਼ਾਮ ਨੂੰ ਫਿਕਰਮੰਦ ਹੁੰਦੇ ਹਾਂ, ਰਾਤ ਨੂੰ ਫਿਕਰਮੰਦ ਹੁੰਦੇ ਹਾਂ। ਜਦੋਂ ਦੇਖਦੇ ਹਾਂ ਸਾਡੇ ਭਰਾਵਾਂ ਨੂੰ ਤਾਦਾਦ ਘਟੀਆ, ਗਿਣਤੀ ਘਟੀਆ, ਜਿਹੜੇ ਡੈੱਕ ਲਾ ਕੇ ਸਾਡੇ ਸੱਜਣ ਇੱਥੇ ਫਿਰਦੇ ਹੁੰਦੇ ਨੇ, ਪਰ ਯਾਰ ਹੋ ਸਕਦਾ ਜਿਹੜੇ ਤੁਸੀਂ ਮੋਰਚੇ ਦੇ ਜਿਹੜੇ ਟੈਂਟ ਦੇ ਮੂਹਰ ਦੀ ਲੰਘ ਰਹੇ ਹੋਵੋ ਉਸ ਟੈਂਟ ਦੇ ਵਿੱਚ ਸ਼ਹਾਦਤ ਹੋਈ ਹੋਵੇ। ਆਪਾਂ ਉਸ ਚੀਜ਼ ਦੀ ਉਡੀਕ ਨਾ ਕਰੀਏ ਜਿੱਦਣ ਸਾਡੀ ਆਪਦੀ, ਕਿਉਂਕਿ ਦੇਖੋ ਚੱਲਦੇ ਅੰਦੋਲਨ 'ਚ ਸਭ ਕੁਛ ਹੋਣਾ ਹੁੰਦਾ, ਕੁਛ ਵੀ ਹੋ ਸਕਦਾ। ਇੱਥੇ ਜਦੋਂ ਆਪਾਂ ਆਪਦੇ ਘਰਾਂ ਤੋਂ ਬਾਹਰ ਆਏ ਬੈਠੇ ਹਾਂ, ਇਸ ਚੀਜ਼ ਦੀ ਉਡੀਕ ਨਾ ਕਰੀਏ ਕਿ ਕਦੋਂ ਸਾਡੇ ਵਿਹੜਿਆਂ ਦੇ ਵਿੱਚ ਸੱਥਰ ਜਾਣ। ਅੱਜ ਉਸ ਚੀਜ਼ ਨੂੰ, ਉਸ ਸ਼ਹਾਦਤ ਦੇ ਸੇਕ ਨੂੰ ਮਹਿਸੂਸ ਕਰੀਏ ਤੇ ਮੋਰਚੇ ਦਾ ਅਸਲ ਨਿੱਘਾ ਜਿਹੜਾ ਉਹ ਨਿੱਘਾ ਉਹ ਮਾਣੀਏ। ਕਿਉਂਕਿ ਜਿਵੇਂ ਬਾਈ ਨੇ ਕਿਹਾ, ਸੰਤ ਸਿਪਾਹੀ ਬਾਬਾ ਸਾਡਾ ਕਹਿ ਗਿਆ, ਸਿਪਾਹੀ ਹੋਣਾ ਸਾਡੇ ਖੂਨ ਦੇ ਵਿੱਚ ਆ, ਇਹ ਜਿਹੜੀ ਅਣਖਾ ਸਾਡੇ ਖੂਨ ਦੇ ਵਿੱਚ ਆ, ਪਰ ਸੰਤ ਹੋਣ ਵਾਸਤੇ ਬਹੁਤ ਤਿਆਰੀ ਕਰਨੀ ਪੈਣੀ ਆ। ਜਿਹੜੀ ਸੰਤ ਦੀ ਪਰਿਭਾਸ਼ਾ ਉਹ ਬਹੁਤ ਵੱਡੀ ਹੁੰਦੀ ਆ। ਸੋ ਜੇ ਕਿਤੇ ਸੰਤ ਸ਼ਬਦ ਦੇ ਅਸੀਂ ਨੇੜੇ ਤੇੜੇ ਹੋ ਕੇ ਵੀ ਚੱਲ ਗਏ ਨਾ, ਤਾਂ ਅਸੀਂ ਨਵੇਂ ਪੰਜਾਬ ਦੀ ਸਿਰਜਣਾ ਕਰ ਲਾਂਗੇ। ਤੇ ਆਹੀ ਬਸ ਮੇਰੀਆਂ ਬੇਨਤੀਆਂ ਸੀ। ਜਿਹੜਾ ਸ਼ਬਦ ਬਾਈ ਨੇ ਤੁਹਾਡੇ ਨਾਲ ਸਰਵਣ ਕੀਤਾ, ਮੈਂ ਵੀ ਉਹੀ ਸਰਵਣ ਕਰ ਦੂੰਗਾ, ਕਿਉਂਕਿ ਤੁਸੀਂ, ਤੁਹਾਡੇ ਯਾਦ ਵੀ ਆ, ਹੁਣ ਤੁਸੀਂ ਸਾਰੇ ਆਪਾਂ ਨਾਲ ਉਸੇ ਸ਼ਬਦ ਨੂੰ ਸਿਮਰਨ ਕਰਦੇ ਆ। ਉਹ ਆ ਕੇ ਮੈਨੂੰ ਕਹਿ ਗਿਆ, ਉਹ ਜਿਹੜਾ ਸਾਡਾ ਮੋਟਾ ਜਿਹਾ ਭਰਾ ਸੀ, ਉਹ ਆ ਕੇ ਕਹਿ ਗਿਆ, ਕਹਿੰਦਾ ਯਾਰ ਆਏ ਨੀ ਗੱਲ ਬਣਨੀ ਵੀ ਬੰਦਾ ਬਣ ਕੇ ਗਾਣਾ ਸੁਣਾ ਦੇ ਤੂੰ। ਤੇ ਆਪਾਂ ਉਹਦੀ ਬੇਨਤੀ ਕਬੂਲ ਕਰ ਲਈ, ਮੈਂ ਭਰਾਵਾ ਤੂੰ ਬਸ ਮੇਰੇ ਨਾਰਾਜ਼ ਨਾ ਹੋ ਜੀ, ਤੇ ਆਪਾਂ ਮਹਾਂ ਲਾ ਦਿੰਦੇ ਯਾਰ ਕੋਈ ਗੱਲ। ਗੋਲੂ ਹੈ ਜੀ, ਗੋਲੂ ਹੀ ਆ ਉਹ। ਸੱਜਣੋ, ਇਹ ਜਿਹੜੀ ਜ਼ਿੰਦਗੀ ਹੈ ਨਾ, ਅਸੀਂ ਪੜ੍ਹਦੇ ਤਾਂ ਸਾਰੇ ਹੀ ਹਾਂ, ਚਾਰ ਰੋਜ਼ ਦਾ ਮੇਲਾ ਹੈ ਹਨਾ। ਅਸੀਂ ਜਿਹੜੇ ਘਰਾਂ 'ਚ, ਜਿਹੜੇ ਮੁਹੱਲਿਆਂ 'ਚ, ਜਿਹੜੇ ਪਿੰਡਾਂ 'ਚ, ਜਿਹੜੇ ਸ਼ਹਿਰਾਂ 'ਚ, ਜਿਹੜੇ ਸੂਬਿਆਂ 'ਚ ਰਹਿੰਦੇ ਹਾਂ ਨਾ, ਆਹੀ ਲੈਣ ਦੇਣਾ ਸਾਡਾ। ਮੇਰੇ ਵੱਲੋਂ ਉਹਦੇ ਵੱਲੋਂ ਇੱਕ ਡਾਇਲੋਗ ਆਇਆ ਵੀ ਉਹ ਗੀਤ ਸੁਣਾ, ਉਹ ਭਾਵੇਂ ਉਹਨੇ ਜੀ ਕਹਿ ਕੇ ਕਿਹਾ ਹੋਵੇ ਵੀ ਜੀ ਉਹ ਗੀਤ ਸੁਣਾ ਦਿਓ, ਜਾਂ ਗਰੇਵਾਲਾ ਉਹ ਗੀਤ ਸੁਣਾਈ, ਜਾਂ ਉਹ ਗੀਤ ਸੁਣਾਈ ਹੋਏ। ਉਸ ਤੋਂ ਬਾਅਦ ਜਿਹੜਾ ਅਗਲਾ ਡਾਇਲੋਗ ਮੇਰੇ ਵੱਲੋਂ ਜਾਣਾ ਨਾ, ਜੇ ਤਾਂ ਮੈਂ ਵਾਕਈ ਆਪਦੀ ਮਾਂ ਦੀ ਬੁੱਕਲ 'ਚ ਬਹਿ ਕੇ ਕੋਈ ਮੱਤ ਲੈ ਕੇ ਆਇਆ ਗੁਰੂ ਮਹਾਰਾਜ ਦੀ, ਜੇ ਮੈਂ ਆਪਦੇ ਬਜ਼ੁਰਗਾਂ ਕੋਲ ਸੰਗਤ ਕੀਤੀ ਹੈ, ਜੇ ਸੱਚੀ ਮਹਾਰਾਜ ਨੇ ਇਸ ਸੁਰਤ ਦੇ ਵਿੱਚ ਕੁਛ ਮਾੜਾ ਮੋਟਾ ਉਹ ਖੈਰ ਪਾ ਰੱਖੀ ਹੈ ਕਿ ਪੁੱਤ ਮੇਰਿਆ ਆਹ ਆਹ ਰਿਸ਼ਤੇਦਾਰੀ ਆ, ਸਕੀਰੀ ਆ, ਮਾਰਫਤ ਅੱਜ ਤੁਹਾਡੀ, ਆ ਜਾ ਗੋਲੂ, ਤਾਂ ਫੇਰ ਨਾ ਮੇਰੇ ਵੱਲੋਂ ਕੋਈ ਤੜਕ ਭੜਕਣੀ ਇੱਥੇ, ਮੈਨੂੰ ਤੇ ਇਹਨੂੰ ਕੱਢ ਦਿਓ। ਇੱਕ ਸਾਡਾ ਰੋਜ਼ਮਰਾ ਦੀ ਜ਼ਿੰਦਗੀ 'ਚ ਸਾਡਾ ਕਾਰ ਵਿਹਾਰ ਇੱਕ ਦੂਜੇ ਨਾਲ ਕਿੱਦਾਂ ਦਾ ਹੋਣਾ ਚਾਹੀਦਾ, ਇੱਦਾਂ ਦਾ ਹੀ ਹੋਣਾ ਚਾਹੀਦਾ ਯਾਰ। ਆ ਕੇ ਮੈਨੂੰ ਟੁੱਟ ਕੇ ਪੈ ਗਿਆ, ਕਹਿੰਦਾ ਯਾਰ ਉਹ ਸੁਣਾ ਯਾਰ ਗੀਤ, ਕਹਿੰਦਾ ਮੇਰੀਆਂ ਭੈਣਾਂ ਬੈਠੀਆਂ ਇੱਥੇ, ਕਹਿੰਦਾ ਤਾਂ ਮੈਂ ਠੀਕ ਹੈ ਸੁਣਾ ਦਿੰਦਾ ਯਾਰ, ਇੱਥੇ ਗੱਲ ਨਿਬੜਦੀ ਹੈ। ਹੈ ਆਹੀ ਹੁਣ ਮੈਂ ਧੌਣ 'ਚ ਡੰਡਾ ਫਸਾ ਕੇ ਬਹਿ ਜਾ ਵੀ ਤੈਨੂੰ ਪਤਾ ਮੈਂ ਕੌਣ ਹੋਏ ਹਨਾ, ਮੇਰਾ ਨਾਂ ਕਨਵਰ ਗਰੇਵਾਲਾ, ਮੈਂ ਹਵਾਈ ਜਹਾਜ਼ ਹੈ, ਮੈਂ ਉਹ ਮੱਖੀ ਹਾਂ ਜਿਹਦੇ ਕਰਕੇ ਜਹਾਜ਼ ਚੱਲਦਾ ਹੈ। ਤੋ ਇੱਦਾਂ ਦਾ ਕੁਛ ਨਹੀਂ ਹੈ ਬਾਬਿਓ, ਮੈਨੂੰ ਲੱਗਦਾ ਕਿ ਬਸ ਇੱਕ ਖਿਆਲਾਂ ਦਾ ਲੈਣ ਦੇਣ ਹੈ, ਇੱਕ ਪਾਸੇ ਥੋੜ੍ਹਾ ਜਿਹਾ ਨਿਗਰ ਜਿਹਾ ਵੀ ਆ ਗਿਆ, ਆਪਦੇ ਵਾਲੇ ਪਾਸੇ ਥੋੜ੍ਹਾ ਜਿਹਾ ਹੌਲਾ ਕਰਕੇ ਰੱਖ ਲਓ ਤਾਂ ਗੱਲ ਨਿਬੜ ਜਾਂਦੀ ਹੈ। ਆ ਜਾ ਫਿਰ ਹੁਣ ਵਿਚਾਲੇ ਖੜ ਜਾ, ਆ ਜਾ ਉਰੇ, ਮੈਂ ਪੇਚਾ ਪਾ ਕੇ ਲਾ ਹੁਣ, ਉਹੀ ਗੱਲ ਨੇ ਕੋਈ, ਚੱਲ ਬੋਲ ਫਿਰ ਹੁਣ, ਨਾ ਗੱਲ ਬੋਲ, ਕਿਆ ਵੀ ਪੇਸ਼ ਕਰ ਰਹੇ ਹਾਂ, ਪੇਸ਼ ਕਰ ਰਹੇ ਹਾਂ, ਚੱਲ ਬੋਲ ਮੇਰੇ ਮਗਰ, ਉਹਨਾਂ ਨੇ ਤਾਰ ਦੇਣਾ ਫਿਰ ਟਾਈਮ ਬਹੁਤ ਹੋ ਗਿਆ। ਹੁਣ ਨਰਮ ਪੈ ਗਿਆ ਹੁਣ, ਚੱਲ ਆ ਜਾ। ਵੇਲਾ ਆ ਗਿਆ ਜਾ ਕਿਸਾਨਾ, ਦੇ ਸਿਸਟਮ ਦੇ ਹਲਕ ਚ ਫਾਨਾ, ਵੇਲਾ ਆ ਗਿਆ ਜਾ ਕਿਸਾਨਾ, ਦੇ ਸਿਸਟਮ ਦੇ ਹਲਕ ਚ ਫਾਨਾ, ਓ ਖੇਤ ਤੇਰੇ ਖੋਣ ਨੂੰ ਫਿਰਦੇ, ਓ ਜਿਹੜੇ ਪੱਧਰ ਕੀਤੇ ਐਂਟਰ ਨਾਲ, ਖਿੱਚ ਲੈ ਜੱਟਾ, ਖਿੱਚ ਲੈ ਕਿਰਤੀਆ, ਖਿੱਚ ਤਿਆਰੀ, ਖਿੱਚ ਲੈ ਬਾਬਾ, ਖਿੱਚ ਲੈ ਬਾਬਾ, ਖਿੱਚ ਤਿਆਰੀ, ਵੱਢ ਕੇ ਤੇਰੇ ਖੇਤ ਚੋਂ ਪਿੱਪਲ ਇੱਕ ਤੇਰੀ ਤੇ ਲਾਉਣ ਨੂੰ ਫਿਰਦੇ, ਵੱਟ ਤੇ ਨੀ ਕੋਈ ਚੜਨ ਦਿੱਤਾ ਤੂੰ, ਤੇਰੀਆਂ ਵੱਟਾਂ ਟਾਉਣ ਨੂੰ ਫਿਰ।
ਫਿਰਦੇ ਵੱਜ ਕੇ ਤੇਰੇ ਖੇਤ ਚੋਂ ਪਿੱਪਲ ਇੱਕ ਤੇਰੀ ਤੇ ਲਾਉਣ ਨੂੰ ਫਿਰਦੇ ਵੱਟ ਤੇ ਕੋਈ ਤੂੰ ਖੜਨ ਨਹੀਂ ਦਿੱਤਾ ਅੱਜ ਵੱਟਾ ਤੇਰੀਆਂ ਢਾਉਣ ਨੂੰ ਫਿਰਦੇ ਉਹ ਪਿੰਡ ਪਿੰਡ ਵਿੱਚੋਂ ਭਰੋ ਟਰਾਲੀਆਂ ਪਹਿਲਾਂ ਪਿਛਲੀ ਛੱਬੀ ਨੂੰ ਭਰੀਆਂ ਸੀ ਹੁਣ ਆਉਣ ਵਾਲੀ ਛੱਬੀ ਨੂੰ ਭਰ ਲਓ ਉਹ ਪਿੰਡ ਪਿੰਡ ਵਿੱਚੋਂ ਭਰੋ ਟਰਾਲੀਆਂ ਗੱਲ ਨਹੀਂ ਬਣਨੀ ਕੈਂਟਰ ਨਾਲ ਖਿੱਚ ਲੈ ਜੱਟਾ ਖਿੱਚ ਲੈ ਕਿਰਤੀਆ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਖਿੱਚ ਲੈ ਗੋਲੂ ਵੇ ਖਿੱਚ ਲੈ ਬੋਲੂ ਖਿੱਚ ਲੈ ਗੋਲੂ ਖਿੱਚ ਤਿਆਰੀ ਓ ਜਿਹੜੇ ਆਖਰੀ ਬੋਲ ਸੀ ਉਹ ਵੀ ਗਾ ਦਿੰਦੇ ਕਿ ਅੱਜ ਆਖਰੀ ਬੋਲ ਵੀ ਗਾਈ ਦਿੰਦੇ ਹਾਂ ਜਿਹੜੇ ਸਭ ਤੋਂ ਸਿਆਣੇ ਬੋਲ ਨੇ ਕਿਤੇ ਨਾ ਕਿਤੇ ਅਸੀਂ ਸੁਣਦੇ ਆ ਰਹੇ ਸੀਗੇ ਇੱਕ ਗੱਡੀ ਦੇ ਵਿੱਚ ਗੱਲ ਇਹਨੇ ਮਾਹੌਲ ਥੋੜ੍ਹਾ ਜਿਹਾ ਚੇਂਜ ਕਰਤਾ ਹੁਣ ਮੈਨੂੰ ਲੱਗਦਾ ਵੀ ਇੱਥੇ ਰਹੀਏ ਆਪਾਂ ਪਰ ਕਿਤੇ ਨਾ ਕਿਤੇ ਜਿਹੜੀ ਸ਼ਬਦਾਂ ਦੀ ਲੜਾਈ ਆ ਜਿਹੜੀ ਵਿਚਾਰਾਂ ਦੀ ਲੜਾਈ ਆ ਉਹ ਵੀ ਲੜਨ ਦੀ ਲੋੜ ਆ ਜਿਹੜੀ ਆਪਾਂ ਪਹਿਲਾਂ ਸੰਤ ਸਿਪਾਹੀ ਵਾਲੀ ਗੱਲ ਕਹਿ ਕੇ ਹਟਿਆ ਅਕਲਾਂ ਵਾਲੇ ਉਹ ਚੱਕ ਲੋ ਕਲਮਾ ਮਾਰ ਲੈਣ ਨਾ ਰਫਲਾ ਸਾਨੂੰ ਅੱਜ ਹਾਰ ਗਏ ਕੀ ਕਹਿਣਗੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਓਏ ਅਕਲਾਂ ਵਾਲਿਓ ਚੱਕ ਲੋ ਕਲਮਾ ਮਾਰ ਲੈਣ ਨਾ ਰਫਲਾ ਸਾਨੂੰ ਅੱਜ ਹਾਰ ਗਏ ਕੀ ਕਹਿਣਗੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਵੋਟਾਂ ਵੇਲੇ ਟਾਲ ਜਾਂਦੇ ਨੇ 2022 ਚ ਦੇਖ ਕੇ ਪਾਇਓ ਵੋਟਾਂ ਵੇਲੇ ਟਾਲ ਜਾਂਦੇ ਨੇ ਓ ਲੀਡਰ ਫੋਕੇ ਫੈਂਟਰ ਨਾਲ ਖਿੱਚ ਲੈ ਜੱਟਾ ਖਿੱਚ ਲੈ ਬਾਬਾ ਓਏ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਖਿੱਚ ਲੈ ਬਾਬਾ ਖਿੱਚ ਤਿਆਰੀ ਓ ਮਾਰ ਦਿਓ ਤਾੜੀ ਗੋਲੂ ਦੇ ਨਾਲ ਦੀ ਲਓ ਜੀ ਨਾਰੇ ਚਾਰ ਲਾ ਦੀਏ ਉਦੋਂ ਬਾਅਦ ਫਿਰ ਗਲਬ ਨੇ ਬੋਲਣਾ ਹਰਿੰਦਰ ਨੇ ਬੋਲਣਾ ਉਹਨਾਂ ਨੇ ਵੀ ਬੜੀਆਂ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਕਿਰਤੀਆਂ ਦਾ ਏਕਾ ਕਿਰਤੀ ਲੋਕਾਂ ਦਾ ਏਕਾ ਇਨਕਲਾਬ ਇਨਕਲਾਬ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ